एक लड़के ने 10 कुड़िया नू लाइन च खड़ा किया ते अपनी मां नू कहा, 10 इन्हां चों केड़ी लड़की है जिहड़ी मैनू पसंद आ ते तेरी नूह बनेगी। मां ने एक कुड़ी वल इशारा किया ते कहा, ए है ना। मुंडा बड़ा हैरान होया, कहा, अम्मा तेनू किदां पता लगा? मां, क्योंकि इन्हां सारियां कुड़ियां च सब तों ज्यादा जहर मैनू यही लगन डई। एक डॉक्टर सरदार नू ਲੈ ਬਈ ਦਵਾਈ 2 ਚਮਚੇ ਸਵੇਰ 2 ਚਮਚੇ ਦੁਪਹਿਰ 2 ਚਮਚੇ ਸ਼ਾਮ ਤੇ 2 ਚਮਚੇ ਰਾਤ ਨੂੰ ਲੈਣੇ ਆ। ਅੱਗੂ ਸਰਦਾਰ ਮਸੂਮੀਅਤ ਨਾਲ, ਡਾਕਟਰ ਸਾਹਿਬ ਚਮਚੇ ਘੱਟ ਕਰੋ, ਸਾਡੇ ਘਰ ਐਡੇ ਚਮਚੇ ਨਹੀਂ ਹੈਗੇ। ਰਾਂਝਾ ਹੀਰ ਨੂੰ, ਨੀ ਹੀਰੇ ਮੈਂ ਤੇਰੇ ਪਿਆਰ 'ਚ ਬਰਬਾਦ ਹੋ ਗਿਆ, ਰੁਸਵਾ ਹੋ ਗਿਆ, ਜ਼ਲੀਲੋ ਖੁਆਰ ਹੋ ਗਿਆ। ਅੱਗੂ ਹੀਰ ਨੇ ਵੀ ਤੰਗ ਆ ਕੇ ਕਿਹਾ ਤੇ ਮੈਂ ਤੇਰੇ ਪਿਆਰ 'ਚ ਕਿਹੜਾ ਡਾਕਟਰ ਬਣ ਗਈ ਆ। ਇੱਕ ਭਿਕਾਰੀ ਨੇ ਇੱਕ ਬੰਦੇ ਕੋਲੋਂ 100 ਰੁਪਇਆ ਮੰਗ ਲਿਆ। ਅੱਗੂ ਬੰਦਾ, ਉਹ ਤੈਨੂੰ ਸ਼ਰਮ ਨਹੀਂ ਆਉਂਦੀ ਰਸਤੇ ਤੇ ਖਲੋ ਕੇ ਭੀਖ ਮੰਗਦਾ? ਅੱਗੂ ਭਿਕਾਰੀ, ਤੇ ਸਾਲਿਆ ਮੈਂ ਸੜਕ ਤੇ ਮੰਗਨੇ ਆ, ਹੋਰ ਭੀਖ ਮੰਗਣ ਦਾ ਦਫ਼ਤਰ ਖੋਲ ਲਵਾਂ। ਇੱਕ ਸਰਦਾਰ ਮਿਊਜ਼ੀਅਮ ਗਿਆ ਤੇ ਉਹਦੇ ਕੋਲ ਹੱਥ ਲੱਗ ਕੇ ਇੱਕ ਕੱਪ ਟੁੱਟ ਗਿਆ। ਅਫੀਸਰ ਨੇ ਗੁੱਸੇ ਨਾਲ ਕਿਹਾ, ਓਏ 5000 ਸਾਲ ਪੁਰਾਣਾ ਕੱਪ ਤੋੜ ਦਿੱਤੀ। ਸਰਦਾਰ, ਲਓ ਤੇ ਫਿਰ ਸ਼ੁਕਰ ਅਦਾ ਕਰੋ, ਮੈਂ ਤੇ ਸਮਝਿਆ ਸੀ ਕਿ ਨਵਾਂ ਵਾ। ਦਾਦਾ ਆਪਣੇ ਪੋਤੇ ਨੂੰ, ਇੱਕ ਜ਼ਮਾਨਾ ਸੀ ਜਦੋਂ ਮੇਰੀ ਜੇਬ 'ਚ ਸਿਰਫ 10 ਰੁਪਏ ਹੁੰਦੇ ਸੀ ਤੇ ਮੈਂ ਸਟੋਰ ਤੋਂ ਘਿਓ, ਦਾਲਾਂ, ਆਟਾ, ਚੀਨੀ ਸਾਰਾ ਕੁਝ ਲਿਆਉਂਦਾ ਸੀ। ਅੱਗੂ ਪੋਤਾ, ਦਾਦਾ ਜੀ ਇਹ ਹਰਕਤਾਂ ਹੁਣ ਨਹੀਂ ਚੱਲਦੀਆਂ, ਹੁਣ ਅਗਲਿਆਂ ਨੇ ਕੈਮਰੇ ਲਾਏ ਹੁੰਦੇ ਨੇ। ਬੱਚਾ ਆਪਣੇ ਅੱਬੇ ਨੂੰ, ਅੱਬਾ ਜੀ ਤੁਸੀਂ ਹਨੇਰੇ 'ਚ ਲਿਖ ਲੈਂਦੇ ਹੋ? ਅੱਬਾ, ਹਾਂ ਪੁੱਤ, ਕਿਉਂ ਨਹੀਂ। ਬੱਚਾ, ਤੇ ਫਿਰ ਲਾਈਟ ਬੰਦ ਕਰਕੇ ਮੇਰੀ ਸਕੂਲ ਦੀ ਰਿਪੋਰਟ ਤੇ ਸਾਈਨ ਤੇ ਕਰ ਦਿਓ। ਟੀਚਰ ਸਟੂਡੈਂਟ ਨੂੰ, ਬੇਟਾ ਸਵੇਰੇ ਜਲਦੀ ਉੱਠੀਦਾ, ਇਹਦੇ ਬੜੇ ਫਾਇਦੇ ਹੁੰਦੇ ਆ। ਜਿਵੇਂ ਚਿੜੀਆ ਸਵੇਰੇ ਸਵੇਰੇ ਉੱਠਦੀ ਹੈ ਤੇ ਉਹਨੂੰ ਖਾਣ ਨੂੰ ਕੀੜੇ ਮਕੌੜੇ ਮਿਲ ਜਾਂਦੇ ਆ। ਅੱਗੂ ਸਟੂਡੈਂਟ ਮਸੂਮੀਅਤ ਨਾਲ, ਤੇ ਮੈਡਮ ਸਵੇਰੇ ਉੱਠਣ ਦੀ ਸਜ਼ਾ ਵੀ ਤੇ ਮਿਲਦੀ ਹੈ ਉਹਨਾਂ ਕੀੜਿਆਂ ਨੂੰ। ਇੱਕ ਸ਼ੇਖ ਨੇ ਇੱਕ ਅਰਬੀ ਨੂੰ ਖੂਨ ਦੇ ਕੇ ਉਹਦੀ ਜਾਨ ਬਚਾਈ। ਅਰਬੀ ਨੇ ਖੁਸ਼ ਹੋ ਕੇ ਉਹਨੂੰ BMW ਕਾਰ ਗਿਫਟ ਕੀਤੀ। ਕੁਝ ਅਰਸੇ ਬਾਅਦ ਅਰਬੀ ਨੂੰ ਫਿਰ ਖੂਨ ਦੀ ਲੋੜ ਪਈ ਤੇ ਸ਼ੇਖ ਨੇ ਫਿਰ ਉਹਨੂੰ ਖੂਨ ਦਿੱਤਾ, ਲੇਕਿਨ ਇਸ ਦਫਾ ਅਰਬੀ ਨੇ ਸਿਰਫ ਉਹਨੂੰ ਇੱਕ ਲੋਲੀਪੌਪ ਦਿੱਤਾ। ਸ਼ੇਖ ਬੜਾ ਹੈਰਾਨ ਹੋਇਆ, ਉਹਨੇ ਕਿਹਾ, ਯਾਰ ਇਸ ਦਫਾ ਤੂੰ ਗੱਡੀ ਕਿਉਂ ਨਹੀਂ ਦਿੱਤੀ? ਅਰਬੀ, ਪੁੱਤ ਟੈਨਸ਼ਨ ਨਾ ਲੈ, ਹੁਣ ਮੇਰੀ ਰਗਾਂ 'ਚ ਵੀ ਸ਼ੇਖਾਂ ਦਾ ਖੂਨ ਆ। ਪੁੱਤ ਮਾਂ ਨੂੰ, ਮਾਂ ਮੈਨੂੰ ਇਸ ਦੁਕਾਨ ਤੋਂ ਪਟਾਕੇ ਲੈ ਕੇ ਦੇ। ਮਾਂ, ਪੁੱਤ ਇਹ ਦੁਕਾਨ ਨਹੀਂ, ਇਹ ਗਰਲਜ਼ ਹਾਸਟਲ ਆ। ਪੁੱਤ, ਲੈ ਮਾਂ, ਕੱਲ੍ਹ ਅੱਬਾ ਤੇ ਆਪਣੇ ਦੋਸਤ ਨੂੰ ਕਹਿਣ ਡਿਆ ਸੀ ਕਿ ਇਸ ਸ਼ਹਿਰ ਦੇ ਸਾਰੇ ਪਟਾਕੇ ਇੱਥੇ ਆਉਂਦੇ ਆ। ਇੱਕ ਸੱਸ ਆਪਣੀ ਨਵੀਂ ਨਵੀਂ ਨੂੰਹ ਨੂੰ ਲੈਕਚਰ ਦੇ ਰਹੀ ਸੀ ਕਿ ਪੁੱਤਰ ਇਸ ਘਰ ਨੂੰ ਆਪਣਾ ਘਰ ਸਮਝੀ, ਮੈਨੂੰ ਆਪਣੀ ਸਗੀ ਮਾਂ ਸਮਝੀ ਤੇ ਆਪਣੇ ਸਹੁਰੇ ਨੂੰ ਸਗਾ ਅੱਬਾ ਸਮਝੀ। ਦੂਜੇ ਦਿਨ ਉਸ ਕੁੜੀ ਦਾ ਸ਼ੋਹਰ ਕੰਮ ਤੋਂ ਵਾਪਸ ਆਇਆ ਤੇ ਕੁੜੀ ਨੇ ਉੱਚੀ ਜੀ ਆਵਾਜ਼ ਦਿੱਤੀ, ਅੰਮੀ ਭਾਈਜਾਨ ਆਫਿਸ ਤੋਂ ਆ ਗਏ ਨੇ। ਇੱਕ ਬੰਦੇ ਨੇ FM ਤੇ ਕਾਲ ਕੀਤੀ ਕਿ ਮੈਨੂੰ ਇੱਕ ਬਟਵਾ ਮਿਲਿਆ ਜਿਹਦੇ 'ਚ ਬਹੁਤ ਸਾਰੇ ਪੈਸੇ ਨੇ ਤੇ ਉਹਦਾ ਐਡਰੈਸ ਵੀ ਹੈ। ਅੱਗੋ ਆਵਾਜ਼ ਆਈ ਕਿ ਭਾਈ ਜੀ ਤੇਰੇ ਕੋਲ ਐਡਰੈਸ ਹੈ ਤੇ ਉਹਦਾ ਬਟਵਾ ਉਹਨੂੰ ਵਾਪਸ ਦੇ ਆ। ਅੱਗੋ ਬੰਦਾ, ਮੈਨੂੰ ਕੀ ਤੁਸੀਂ ਪਾਗਲ ਸਮਝਿਆ? ਮੈਂ ਤੇ ਇਸ ਲਈ ਕਾਲ ਕੀਤੀ ਹੈ ਕਿ ਉਹਨੂੰ ਇੱਕ ਗਮਗੀਨ ਜਿਹਾ ਗਾਣਾ ਡੈਡੀਕੇਟ ਕਰਨਾ। ਸ਼ੋਹਰ ਆਪਣੀ ਬੀਵੀ ਨੂੰ, ਜੇ ਮੇਰੀ ਲਾਟਰੀ ਨਿਕਲ ਆਈ ਤੇ ਤੂੰ ਕੀ ਕਰੇਂਗੀ? ਬੀਵੀ, ਮੈਂ ਅੱਧੇ ਪੈਸੇ ਲਵਾਂਗੀ ਤੇ ਹਮੇਸ਼ਾ ਲਈ ਇੱਥੋਂ ਚਲੇ ਜਾਵਾਂਗੀ। ਸ਼ੋਹਰ, ਅੱਛਾ, 100 ਦੀ ਲੱਗੀ ਆਲਾ, ਸ਼ਾਬਾਸ਼, 50 ਰੁਪਏ ਫੜ ਦੇ, ਨਿਕਲ ਇੱਥੋਂ। ਸ਼ਾਦੀ ਦੇ ਦੌਰਾਨ ਇੱਕ ਬੱਚਾ ਆਪਣੀ ਮਾਂ ਨੂੰ ਕਹਿੰਦਾ, ਅੰਮੀ ਦੁਲਹਨ ਰੋ ਰਹੀ ਹੈ, ਦੁਲਾ ਕਿਉਂ ਨਹੀਂ ਰੋ ਰਿਹਾ? ਪੁੱਤ, ਦੁਲਹਨ ਨੇ ਸਿਰਫ ਸ਼ਾਦੀ ਹਾਲ ਦੇ ਗੇਟ ਤੱਕ ਰੋਣਾ ਤੇ ਦੁਲਹਨ ਨੇ ਆਪਣੀ ਜ਼ਿੰਦਗੀ ਦੀ ਆਖਰੀ ਡੇਟ ਤੱਕ ਰੋਣਾ। ਇੱਕ ਸੱਸ ਆਪਣੀ ਨੂੰਹ ਤੋਂ ਬਹੁਤ ਤੰਗ ਸੀ, ਉਹ ਕੰਮ ਨਹੀਂ ਸੀ ਕਰਦੀ ਤੇ ਸੱਸ ਨੇ ਇੱਕ ਮਨਸੂਬਾ ਬਣਾਇਆ ਤੇ ਆਪਣੇ ਪੁੱਤਰ ਨੂੰ ਕਿਹਾ ਕਿ ਮੈਂ ਝਾੜੂ ਦਵਾਂਗੀ ਤੇ ਤੂੰ ਮੈਨੂੰ ਕਹੀਂ ਅੰਮੀ ਰਹਿਣ ਦਿਓ, ਮੈਂ ਝਾੜੂ ਦੇ ਦੇਣਾ ਵਾਂ। ਇਸ ਤਰ੍ਹਾਂ ਹੋ ਸਕਦਾ ਸ਼ਾਇਦ ਉਹਨੂੰ ਸ਼ਰਮ ਆ ਜਾਏ। ਦੂਜੇ ਦਿਨ ਮਨਸੂਬੇ ਦੇ ਮੁਤਾਬਿਕ ਸੱਸ ਨੇ ਝਾੜੂ ਦਿੱਤਾ ਤੇ ਮੁੰਡੇ ਨੇ ਕਿਹਾ, ਅੰਮੀ ਰਹਿਣ ਦਿਓ, ਮੈਂ ਦੇ ਦੇਣਾ ਵਾਂ। ਇਹ ਵੇਖ ਕੇ ਨੋ ਫੌਰਨ ਬੋਲੀ, ਇਹਦੇ 'ਚ ਲੜਨ ਦੀ ਕੀ ਲੋੜ ਆ? ਇੱਕ ਦਿਨ ਅੰਮੀ ਦੇ ਦਿਆ ਕਰੇ, ਇੱਕ ਦਿਨ ਤੁਸੀਂ ਦੇ ਦਿਆ ਕਰੋ। ਇੱਕ ਮਰਾਸੀ ਨੰਗੇ ਪੈਰੀ ਆਪਣੇ ਮਰਾਸੀ ਦੋਸਤ ਨੂੰ ਮਿਲਣ ਜਾਂਦਾ ਤੇ ਅੱਗੋਂ ਉਸ ਮਰਾਸੀ ਦੇ ਘਰ ਦਾ ਬੂਹਾ ਹੀ ਨਹੀਂ ਹੁੰਦਾ। 2 ਮਿੰਟ ਮਿਲ ਕੇ ਪਹਿਲਾ ਮਰਾਸੀ ਕਹਿੰਦਾ, ਅੱਛਾ ਵੀ ਮੈਂ ਚੱਲਦਾ ਆਪਣਾ ਬੂਹਾ ਲਾ ਲਾ। ਦੂਜਾ ਮਰਾਸੀ, ਅੱਛਾ ਮੈਂ ਤੇ ਬੂਹਾ ਲਾ ਲੈਣਾ ਤੇ ਤੂੰ ਵੀ ਜੁੱਤੀ ਆਪਣੀ ਪਾ ਕੇ ਜਾਈਂ। ਪੁੱਤਰ ਆਪਣੀ ਮਾਂ ਨੂੰ, ਅੰਮੀ ਜਦੋਂ ਮੈਂ ਸੁੱਤਾ ਹੁੰਦਾ ਮੈਂ ਕੈਸਾ ਲੱਗਦਾ ਵਾਂ? ਮਾਂ, ਪੁੱਤਰ ਤੂੰ ਬਹੁਤ ਸੋਹਣਾ ਲੱਗਦਾ। ਪੁੱਤਰ, ਤੇ ਫਿਰ ਤੈਨੂੰ ਤਕਲੀਫ ਕਾਹਦੀ ਹੁੰਦੀ, ਮੈਨੂੰ ਉਠਾਨੀ ਕਿਉਂ? ਇੱਕ ਤਸਵੀਰੀ ਨੁਮਾਇਸ਼ ਦੇ ਵਿੱਚ ਇੱਕ ਖਾਤੂਨ ਨੇ ਮੁਸੱਵਰ ਨੂੰ ਬੁਲਾ ਕੇ ਕਿਹਾ ਕਿ ਬਾਕੀ ਦੀ ਤਸਵੀਰਾਂ ਤੇ ਤੂੰ ਬਹੁਤ ਸੋਹਣੀਆਂ ਬਣਾਈਆਂ ਨੇ, ਲੇਕਿਨ ਇਸ ਤਸਵੀਰ ਵੱਲ ਵੇਖ ਕੇ ਦਿਲ ਹੀ ਨਹੀਂ ਕਰਦਾ ਕਿ ਦੁਬਾਰਾ ਵੇਖੇ। ਅੱਗੂ ਮੁਸੱਵਰ ਨੇ ਕਿਹਾ ਕਿ ਮਾਫ਼ ਕਰਨਾ, ਤੁਸੀਂ ਸਹੀ ਕਿਹਾ, ਲੇਕਿਨ ਇਹ ਤਸਵੀਰ ਨਹੀਂ, ਇਹ ਸ਼ੀਸ਼ਾ ਹੈ। ਇੱਕ ਚਰਸੀ ਕਬਰਸਤਾਨ 'ਚ ਬੈਠਾ ਚਰਸ ਪੀ ਰਿਹਾ ਸੀ ਕਿ ਉੱਤੋਂ ਪੁਲਿਸ ਆ ਗਈ। ਪੁਲਿਸ ਨੇ ਕਿਹਾ, ਓਏ ਇੱਥੇ ਕੀ ਕਰ ਰਹੇ ਆ? ਚਰਸੀ, ਕੁਛ ਨਹੀਂ ਸਾਹਿਬ ਜੀ, ਮੈਂ ਤੇ ਆਪਣੇ ਅੱਬੇ ਦੀ ਕਬਰ ਤੇ ਦੁਆ ਮੰਗਣ ਆਇਆ ਵਾਂ। ਪੁਲਿਸ, ਓਏ ਇਹ ਤੇ ਬੱਚੇ ਦੀ ਕਬਰ ਆ ਓਏ। ਚਰਸੀ, ਉਹ ਦਰਅਸਲ ਮੇਰੇ ਅੱਬਾ ਜੀ ਬਚਪਨ 'ਚ ਹੀ ਫੋਤ ਹੋ ਗਏ ਸੀ।
ਡਾਕਟਰ ਮਰੀਜ਼ ਨੂੰ ਓਏ ਤੈਨੂੰ ਅੱਛੀ ਸਿਹਤ ਵਾਸਤੇ ਰੋਜ਼ਾਨਾ ਵਰਜਿਸ਼ ਕਰਨੀ ਚਾਹੀਦੀ ਹੈ। ਮਰੀਜ਼ ਡਾਕਟਰ ਸਾਹਿਬ ਮੈਂ ਰੋਜ਼ਾਨਾ ਕ੍ਰਿਕਟ ਫੁੱਟਬਾਲ ਟੈਨਿਸ ਦੀ ਗੇਮ ਕਰਦਾ ਵਾਂ। ਡਾਕਟਰ ਅੱਛਾ ਇਹ ਦੱਸ ਕਿੰਨੀ ਕਿੰਨੀ ਦੇਰ ਖੇਡਦਾ ਵਾਂ। ਅੱਗੋਂ ਮਰੀਜ਼ ਡਾਕਟਰ ਸਾਹਿਬ ਜਦੋਂ ਤੱਕ ਮੋਬਾਈਲ ਦੀ ਬੈਟਰੀ ਨਹੀਂ ਖਤਮ ਹੋ ਜਾਂਦੀ। ਇੱਕ ਸਰਦਾਰ ਖੌਫਜ਼ਦਾ ਹੋ ਕੇ ਬਿਮਾਰ ਹੋ ਗਿਆ। ਦੋਸਤ ਨੇ ਪੁੱਛਿਆ ਉਹ ਕੀ ਗੱਲ ਆ? ਸਰਦਾਰ ਯਾਰ ਕੱਲ ਮੇਰਾ ਕਲਾਸ ਫੈਲੋ ਮਰ ਗਿਆ। ਦੋਸਤ ਨੇ ਕਿਹਾ ਤੇ ਇਹਦੇ ਵਿੱਚ ਤੈਨੂੰ ਡਰਨ ਦੀ ਕੀ ਲੋੜ ਆ? ਸਰਦਾਰ ਨੇ ਘਬਰਾ ਕੇ ਕਿਹਾ ਯਾਰ ਉਹਦਾ ਰੋਲ ਨੰਬਰ 45 ਸੀ ਤੇ ਮੇਰਾ 46 ਆ। ਇੱਕ ਬੱਚਾ ਆਪਣੇ ਅੱਬੂ ਨੂੰ, ਅੱਬੂ ਜੀ ਦੁੱਲੇ ਦੇ ਨਾਲ ਬਰਾਤ ਵਾਲੇ ਕਿਉਂ ਜਾਂਦੇ ਆ? ਅੱਬਾ ਪੁੱਤ ਸਿਆਣੇ ਕਹਿੰਦੇ ਆ ਕਿਸੇ ਦੇ ਨਾਲ ਖੁਸ਼ੀ ਦੇ ਵਿੱਚ ਜਾਓ ਨਾ ਜਾਓ ਮੁਸੀਬਤ 'ਚ ਜ਼ਰੂਰ ਜਾਣਾ ਚਾਹੀਦਾ। ਅੱਧੀ ਰਾਤੀ ਇੱਕ ਸ਼ੋਹਰ ਨੇ ਆਪਣੀ ਮੋਟੀ ਬੀਵੀ ਨੂੰ ਉਠਾ ਕੇ ਕਿਹਾ ਬੇਗਮ ਇਹ ਦੱਸ ਕੇ ਤੜਪ ਤੜਪ ਕੇ ਮਰਨਾ ਅੱਛਾ ਹੁੰਦਾ ਜਾਂ ਇੱਕ ਦਮ? ਬੇਗਮ ਨੇ ਕਿਹਾ ਜੀ ਇੱਕ ਦਮ। ਅੱਗੋਂ ਸ਼ੋਹਰ ਨੇ ਬੜੇ ਅਪੀਲ ਵਾਲੇ ਅੰਦਾਜ਼ 'ਚ ਕਿਹਾ ਫਿਰ ਸਾਲੀਏ ਦੂਜੀ ਲੱਤ ਵੀ ਮੇਰੇ ਉੱਤੇ ਰੱਖ ਦੇ। ਇੱਕ ਲੜਕੀ ਨੇ ਆਪਣੀ ਸਹੇਲੀਆਂ ਨੂੰ ਦੱਸਿਆ ਕਿ ਕੱਲ ਮੇਰੀ ਮੰਗਣੀ ਹੋ ਗਈ ਆ। ਪਹਿਲੀ ਸਹੇਲੀ ਮੁਬਾਰਕ ਹੋਵੇ ਮੁੰਡਾ ਹੈਂਡਸਮ ਆ, ਦੂਜੀ ਹਾਇਲ ਉਹਦੀ ਹਾਈਟ ਕਿੰਨੀ ਆ, ਤੀਜੀ ਯਾਰ ਸਾਨੂੰ ਕਦੋਂ ਮਿਲਾਵੇਂਗੀ, ਚੌਥੀ ਉਹਦੀ ਜੌਬ ਕੈਸੀ ਆ, ਗੱਡੀ ਹੈ ਉਹਦੇ ਕੋਲ, ਪੰਜਵੀਂ ਵਾਹ ਯਾਰ ਯੂ ਆਰ ਸੋ ਲੱਕੀ। ਦੂਜੇ ਪਾਸੇ ਹੁਣ ਮੁੰਡਾ ਆਪਣੇ ਦੋਸਤਾਂ ਨੂੰ ਦੱਸ ਰਿਹਾ ਕਿ ਕੱਲ ਮੇਰੀ ਮੰਗਣੀ ਹੋ ਗਈ ਆ। ਪਹਿਲਾ ਮੁੰਡਾ ਓਏ ਤੇਰੇ ਨਾਲ ਰੋਟੀ ਬਣ ਗਈ ਆ, ਦੂਜਾ ਆਹੋ ਯਾਰ ਰੋਟੀ ਖਵਾ, ਤੀਜਾ ਆਹੋ ਯਾਰ ਤੈਨੂੰ ਰੋਟੀ ਪੈ ਗਈ ਆ, ਚੌਥਾ ਹੁਣ ਤੈਨੂੰ ਰੋਟੀ ਖਵਾਣੀ ਪੈਣੀ ਆ, ਪੰਜਵਾਂ ਯਾਰ ਪਹਿਲੇ ਇਹ ਦੱਸ ਰੋਟੀ ਕਦੋਂ ਖਵਾਣੀ ਆ। ਇੱਕ ਦੋਸਤ ਨੇ ਦੂਜੇ ਦੋਸਤ ਨੂੰ ਪੁੱਛਿਆ ਸੁਣਾ ਤੇਰੀ ਬੀਵੀ ਕਿੱਦਾਂ ਦੀ ਆ? ਅੱਗੂ ਦੋਸਤ ਯਾਰ ਕੀ ਦੱਸਾਂ, ਸ਼ਾਦੀ ਤੋਂ ਪਹਿਲੇ ਤੇ ਮੈਨੂੰ ਕਹਿੰਦੀ ਸੀ ਕਿ ਮੈਂ ਤੇਰੀ ਜ਼ਿੰਦਗੀ ਜੰਨਤ ਬਣਾ ਦੇਵਾਂਗੀ ਤੇ ਸਾਲੀ ਨੂੰ ਬਣਾਉਣੇ ਦਾਲ ਚਾਵਲ ਵੀ ਨਹੀਂ ਆਉਂਦੇ। ਲੜਕਾ ਲੜਕੀ ਨੂੰ ਤੇਰੇ ਪੈਰ ਬਹੁਤ ਸੋਹਣੇ ਆ, ਲੜਕੀ ਤੇ ਮੈਂ ਕੀ ਕਰਾਂ? ਅੱਗੂ ਲੜਕਾ ਇਹ ਖੂਬਸੂਰਤ ਪਾਉਂ ਮੇਰੇ ਬੱਚਿਆਂ ਦੀ ਜੰਨਤ ਬਣ ਸਕਦੇ ਆ? ਲੜਕੀ ਦਫਾ ਹੋ ਜਾ ਬਗੈਰਤਾ, ਕੁੜੀ ਨੂੰ ਫਸਾਉਣ ਦਾ ਨਵਾਂ ਅਦਬੀ ਤਰੀਕਾ ਕੱਢ ਲਈ।